ਬੱਚਿਆਂ ਨੂੰ ਸਕੂਲ ਛੱਡਣ ਗਿਆ ਪਿਤਾ, ਰਾਹ ਦੇ ਵਿੱਚ ਬਦਮਾਸ਼ਾਂ ਨੇ ਘੇਰ ਲਿਆ ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਸੂਬੇ ਦੇ ਵਿੱਚ ਬੇਹੱਦ ਵੱਡੀ ਵਾਰਦਾਤ ਹੋਈ ਹੈ। ਰੋਜ਼ਾਨਾ ਇੱਕ ਪਿਤਾ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾਂਦਾ ਸੀ, ਰਾਹ ਦੇ ਵਿੱਚ ਪਹਿਲਾਂ ਤਾਂ ਹਮਲਾਵਰਾਂ ਨੇ ਰੇਕੀ ਕੀਤੀ ਕੁਝ ਦਿਨ, ਫਿਰ ਅੱਜ ਦੇ ਦਿਨ ਉਸ ਨੂੰ ਘੇਰਿਆ ਅਤੇ ਤਾਬੜਤੋੜ ਉਸ 'ਤੇ ਗੋਲੀਆਂ ਚਲਾ ਦਿੱਤੀਆਂ। 6 ਤੋਂ 7 ਗੋਲੀਆਂ ਵੱਜੀਆਂ ਨੇ। ਸ਼ਖਸ ਦੇ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਘਰ ਵਾਪਸ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਹਮਲਾ ਕਰ ਦਿੱਤਾ ਅਤੇ ਪਿੰਡ ਦੇ ਚੌਂਕ 'ਤੇ ਲਾਸ਼ ਸਿੱਟ ਗਏ ਨੇ ਬਦਮਾਸ਼ ਤਾਂ ਸੂਬੇ ਦੇ ਵਿੱਚ ਵੱਡੀ ਵਾਰਦਾਤ ਹੋਈ ਆ। ਪੁਲਿਸ ਮੌਕੇ 'ਤੇ ਪਹੁੰਚੀ ਹੈ, ਖੋਲ ਬਰਾਮਦ ਕਰ ਲਏ ਗਏ ਨੇ ਗੋਲੀਆਂ ਦੇ। ਤਾਂ ਦੱਸ ਦਈਏ ਕਿ ਰਵੀ ਨਾਮ ਦਾ ਸ਼ਖਸ ਜੋ ਕਿ ਆਪਣੇ ਬੱਚਿਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਸਕੂਲ ਛੱਡਣ ਜਾ ਰਿਹਾ ਸੀ, ਸਕੂਲ ਛੱਡ ਕੇ ਜਦ ਘਰ ਵਾਪਸ ਮੁੜਨ ਲੱਗਾ ਤਾਂ ਰਾਹ ਦੇ ਵਿੱਚ ਬਦਮਾਸ਼ਾਂ ਨੇ ਘੇਰ ਲਿਆ ਅਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਰਵੀ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ, ਜਿਹੜਾ ਕਿ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਬੱਚੇ ਸਕੂਲ ਦੇ ਵਿੱਚ ਬੈਠੇ ਸਨ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਪਿਤਾ ਦੀ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ ਹੈ, ਪਿਤਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ। ਤਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਗੁਆਂਢੀ ਸੂਬੇ ਹਰਿਆਣਾ ਦੇ ਸੋਨੀਪਤ ਇਲਾਕੇ ਤੋਂ, ਜਿੱਥੇ ਪਿੰਡ ਮੋਹਣਾ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ। ਇੱਕ ਰਵੀ ਨਾਮ ਦਾ ਸ਼ਖਸ ਜੋ ਕਿ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਗਿਆ ਸੀ, ਘਰ ਪਰਤਣ ਵੇਲੇ ਉਸ 'ਤੇ ਬਦਮਾਸ਼ਾਂ ਨੇ 5 ਤੋਂ 7 ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਵਿੱਚ ਰਵੀ ਦੀ ਮੌਤ ਹੋ ਗਈ ਹੈ। ਅੱਛਾ, ਕਿਤਨੀ ਆਯੂ ਥੀ, ਕਿਆ ਨਾਮ ਥਾ? ਅੱਛਾ, ਕਿਆ ਕਾਮ ਕਰਤਾ ਥਾ? ਪੁਲਿਸ ਸੇ ਕਿਆ ਮੰਗ ਕਰਤੇ ਹੋ? सुबह कंट्रोल रूम से 8:15 बजे करीब फोन आया है। एक मोहाना थाने मोहाना गांव है, उसके मेन बाज़ार जो पुराना बाज़ार है उसमें किसी को गोली मार दी है, तो उस पर मौके पर टीम पहुंची, हम मौके पहुंचे और मौके पर पुलिस ने अपनी कार्रवाई कर रही है। मृतक का नाम रवि सन ऑफ किशन है, 30 साल इसकी उम्र है। इसकी चाचा ने अपनी स्टेटमेंट दी है रोहतास में। क्राइम सीन क्राइम टीम आई है, क्राइम टीम ने अपना काम किया है और हम कर रहे हैं, जाँच चल रही है। ਖੋਲ 7-8 ਕਰੀਬ ਗੋਲ ਪੈ ਮਿਲੇ ਹੈ ਔਰ ਮ੍ਰਿਤਕ ਸਰੀਰ ਪੈ ਨਿਸ਼ਾਨ ਵੀ ਮਿਲੇ ਹੈ। ਬਾਕੀ FSL ਟੀਮ ਔਰ ਹਮ ਕੰਮ ਕਰ ਰਹੇ ਹੈ, ਜਲਦੀ ਪੂਰੀ ਕਾਰਵਾਈ ਹੋਗੀ। ਇਹ ਸਕੂਲ ਮੈਂ ਆਇਆ ਥਾ ਆਪਣੇ ਬੱਚੇ ਕੋ ਛੋੜਨੇ ਘਰ ਸੇ ਸੁਬੇ, ਤੋ ਇਹ ਫਿਰ ਗਾਂਵ ਮੇਂ ਹੀ ਥਾ, ਗਾਂਵ ਮੇਂ ਹੀ ਇੱਕ ਰਹਿ ਕੇ ਇੱਕ ਕੰਪਨੀ ਮੇਂ ਛੋਟੀ ਮੇਂ ਕੰਮ ਕਿਸ ਕੰਪਨੀ ਮੇਂ ਥਾ, ਕੰਪਨੀ ਕਾ ਮੁਲਾਜ਼ਮ ਥਾ।